ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਲੱਖੂਵਾਲ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਨੀਟੇ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ ਦਿਖਾਉਣੀਆਂ, 2 ਤਾਜ਼ੀਆਂ ਸੂਈਆਂ ਤੁਹਾਨੂੰ ਦਿਖਾਵਾਂਗੇ ਅਤੇ ਇੱਕ ਬੱਚੇ ਦੇ ਬਿਨਾਂ ਇੱਕ ਤੋਕੜ ਗਾਂ ਤੁਹਾਨੂੰ ਦਿਖਾਉਣੀ ਹੈ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਸਭ ਠੀਕ ਠਾਕ ਜੀ। ਠੀਕ ਹੀ ਚਾਹੀਦਾ। ਤੇ ਨਾਮ ਦੱਸ ਦੇ ਕਰੀ ਆਪਣਾ। ਨਾਮ ਨੀਟਾ। ਹਾਂਜੀ। ਪਿੰਡ ਲੱਖੂਵਾਲ, ਸੀਲ ਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲ ਦੇ ਕਰੀ। 9446655। ਠੀਕ ਹੈ। ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ 'ਤੇ ਜਿਹੜੀ ਸੂਈ ਸਵਾਈ ਆ, ਇੱਦਾਂ ਹੀ ਆਪਾਂ ਕਰ ਲਈਏ। ਹਾਂ, ਦੇਖ ਸਕਦੇ ਥਾਣੇ ਦੇ ਲਾਗੇ ਠੁੰਡੀ ਵੇਖ ਲਓ ਕਿੱਦਾਂ ਜੀ। ਇੱਕ ਆ ਸ਼ਾਂਗ ਜੀ ਵੀ ਜੀ ਨਾਲ, ਉਹਦੀ ਗਲਤ ਨਹੀਂ ਕਰੀ ਵੈਸੇ, ਮੌਕਾ ਜਿਹਾ। ਠੀਕ ਆ। ਤੇ ਆ ਬੱਚਾ ਜਿਹਦਾ, ਆ ਜੇ ਬੱਚਾ ਦਾ, ਅੱਛਾ, ਕਿੰਨਾ ਜਿਹਦੇ ਕੋਲ ਦੁੱਧ ਬਿਲਕੁਲ ਤਿਆਰ ਜੀ? ਮੰਨ ਲਓ 9 ਗਿਣ ਲੈ, 10 ਗਿਣ ਲੈ, 9 ਹੀ ਪੱਕਾ ਗਿਣੇ। ਠੀਕ ਆ। ਹਾਂ ਜੀ। ਤੇ ਬਾਕੀ ਠੰਡੀ ਧੀਰੀ ਬੜੀ ਜਿਆ ਵੇਖ ਲਓ। ਠੀਕ ਆ। ਮੰਨ ਲਓ ਇਹ ਨਹੀਂ, ਉਹ ਵੰਗਾ ਕੁਝ ਨਹੀਂ ਜੀ ਕਰਦਾ, ਕੋਈ ਪਾਲੇ ਜੀ ਕਰਦਾ ਨਾ। ਬਾਕੀ ਇਹ ਆ ਕਿ ਦੁੱਧ ਇਹ ਆ ਕਿ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਲੈ ਜੇ, ਹਨਾ। ਹਾਂ। ਤੋਰੋ ਹਾਂ ਫਿਰ ਇੱਕ ਵਾਰੀ ਇਹਨੂੰ। ਹਾਂ ਬੱਚਾ ਜਿਹਾ ਆਪਾਂ ਨਹੀਂ ਸਮਝਣਾ, ਲਾ ਲੇ ਕੋਈ। ਕਿੰਨਾ ਕੁ ਵਧੂਗਾ ਜੇ ਦੁੱਧ ਹੋਰ ਕਿ ਨਹੀਂ? ਦੁੱਧ ਵੀ ਅਜੇ ਗਰਮੀ ਹੈ ਮੇਰੇ ਸਾਨੂੰ, ਦੇਣਾ 10-11 ਕਿਲੋ, ਦਈਏ ਜਿੰਨਾ ਕੁ ਆਪਾਂ ਮੁੱਲ ਪਾਉਣਾ, ਸਹੀ ਕਿ ਨਹੀਂ? ਠੀਕ ਆ। ਹਾਂ ਬਾਕੀ ਚਲੋ 9-10 ਕਿਲੋ ਜਿਹੜਾ ਕਹਿੰਦੇ ਕਿ ਮੌਕੇ 'ਤੇ ਹੈਗਾ ਵਾ। ਪੁੱਤਰਾਂ ਇਹ ਆ ਕਿ ਰੰਗ ਰੂਪ ਦੀ ਚੰਗੀ ਆ। ਕਿੰਨਾ ਫਿਰ ਵੀਰ ਜੀ ਰੱਖਣਾ ਇਹਦਾ ਮੁੱਲ? ਮੁੱਲ ਤੁਸੀਂ ਜਿੰਨਾ ਕਹਿੰਦੇ ਉਹਨਾਂ ਅੱਜ ਕਰ ਜੇ, ਅੱਜ ਆ ਕਰੀਏ ਫਿਰ। 35 ਕਰ ਲਈਏ ਵਿੱਚੋਂ, ਕਰ ਦਈਏ ਕੋਈ ਛੋਟ ਛਾਟ। 30,000 ਦੀ ਦੇ। ਅੱਛਾ, 30,000 ਦੀ ਦੇ ਦੋਗੇ? ਹੋਰ ਕਰਾ ਲਓ, ਕਰਾਓ। ਹਾਂ ਦੇਖ ਸਕਦੇ ਚਵਾ, ਮੈਂ ਕਹਿੰਦਾ ਕਰ, ਗੱਲ ਹੀ ਛੱਡ ਦੋ। ਹਾਂ ਦੇਖ ਸਕਦੇ, ਠੰਡੀ ਧੀਰੀ ਆ, ਭਾਵੇਂ ਰੱਸੀ ਪਾਓ ਤੇ ਭਾਵੇਂ ਨਾ ਪਾਓ। ਠੀਕ ਹੈ ਜੀ। ਤੇ ਇਹ 'ਚੋਂ ਕਿੰਨਾ ਛੱਡ ਦਈਏ, ਕੋਈ 1,000-2,000 ਛੱਡ ਦਈਏ ਫਿਰ? 9 ਕਿਲੋ ਦੀ ਗਰੰਟੀ ਦਿੰਦੇ ਹਾਂ, 9 ਲੀਟਰ ਦੁੱਧ ਹੋਵੇ ਲੈ ਜੇ, ਨਹੀਂ ਤੇ ਆਉਣ ਜਾਣ ਦਾ ਖਰਚਾ ਵੀ ਅਸੀਂ ਦਾ। ਠੀਕ ਆ, ਠੀਕ ਹੈ ਨਾ? ਠੀਕ ਹੈ। ਮਤਲਬ ਦੱਸਾਂਗੇ ਉਹ ਜਿਹੜਾ ਹੈਗਾ 2 ਟਾਈਮ ਚਵਾ ਕੇ ਖੜੇ ਸਾਡੇ ਕੋਲ। ਬਾਕੀ ਇਹ ਕਿ ਭੈਣ ਭਰਾ ਨੇ ਲੈਣਾ, ਚਵਾ ਕੇ ਤਸੱਲੀ ਕਰਕੇ ਫੇਰ ਖੜੇ। ਸਾਹ ਵਾਲੀਆਂ ਚੀਜ਼ਾਂ ਵਾ, ਕਈ ਵਾਰੀ ਕੁਝ ਹੋਣ ਲੱਗਿਆ ਪਤਾ ਨਹੀਂ ਲੱਗਦਾ। ਕਹਿੰਦੀ ਮਤਲਬ 8-10 ਦਿਨਾਂ ਦੀ ਸੂਈ ਹੈਗੀ ਆ, 10 ਦਿਨ ਬਾਅਦ ਦੀ ਲਾ ਲਓ। ਠੀਕ ਆ। ਆਹ ਵੈਡ ਜਿਹੜੀ ਇਹ ਬੋਲੇ ਤੇ ਜਿਹਨੂੰ ਤੀਜਾ ਦਿਨ ਸੂਈ ਨੂੰ ਆ। ਠੀਕ ਆ ਜੀ। ਹਾਂ ਜੀ। ਤੇ ਆ ਬੱਚਾ ਜੇ ਬੱਚਾ ਇਹਦੇ ਮਗਰ ਵੀ ਦੋਵਾਂ ਬੰਨਾਂ ਥਾਣੀ ਬਹਿ ਕੇ ਚੋ। ਠੀਕ ਹੈ ਜੀ, ਠੰਡੀ ਧੀਰੀ ਆ। ਹਾਂ ਜੀ। ਤੇ ਥਣ ਥੁਣ ਇਹਦੇ ਕੋਲ ਵੀ ਚੰਗਾ ਲੱਗਾ ਆ। ਹਾਂ ਲੈ ਸਕਦੇ ਜੀ। ਬਾਕੀ ਆਪਾਂ ਸਮਾ ਕੇ ਥਣ ਜਿਹੜਾ ਵਧੀਆ ਤਿਆਰ ਕਰ। ਠੀਕ ਆ ਜੀ। ਤੇ ਇਹਨੂੰ ਕਿੰਨੇ ਦਿਨ ਹੋਏ ਸੂਈ ਨੂੰ? ਇਹ ਵੀਰ ਜੀ ਤੀਸਰਾ ਦਿਨ ਆ ਵੇ ਲੋ। ਠੀਕ ਆ। ਹਾਂ, ਨਾੜੂ ਜਿਹੜਾ ਨਾਲ ਹੀ ਆ ਬੱਚੇ ਦਾ ਪੂਲਾ ਬੱਚਾ। ਤੇ ਕਿੰਨਾ ਕੁ ਬੋਲਾ ਜਿਹਦੇ ਕੋਲ? ਵੀਰ ਜੀ ਇਹਦੇ ਕੋਲ ਚਵਾ ਕੇ ਦਵਾਂਗੇ, ਕਹਿਣ ਵਾਲਾ ਨਹੀਂ ਆ। ਹਾਂਜੀ, 14 ਕਿਲੋ ਚਵਾ ਕੇ ਦਵਾਂਗੇ। 14 ਲੀਟਰ ਘਰੋਂ ਚਵਾ ਕੇ ਦੋਗੇ? ਤਸੱਲੀ ਕਰਾ ਕੇ, ਮੰਨ ਲਓ ਸਾਡੇ ਕੋਲ ਵੀਡੀਓ ਕਾਲ ਤੇ ਚਵਾ ਲੇ,
ਆਪ ਹੀ ਆਣ ਕੇ ਚੋਲੇ ਵੀਡੀਓ ਕਾਲ ਦੇ ਵਿੱਚ ਆਪਣੇ ਕੋਲ ਠੀਕ ਹੈ ਜੀ। ਚੰਗਾ ਰਾਜੀ ਰੂਜੀ ਪੂਰੀ ਆ ਤੇ ਇਹਦਾ ਮੁੱਲ ਵੀਰ ਜੀ ਫਿਰ ਤੇ ਠੀਕ ਹੈ ਵੀਰ ਜੀ। ਹੋਰ ਕੁਛ ਕਹਿਣਾ ਵੀਰ ਜੀ? ਇਹੋ ਹੀ ਹੈ, ਮਤਲਬ ਬੇਨਤੀ ਹਰ ਵਾਰੀ ਇਹੋ ਹੀ ਆ ਵੀ ਚੋ ਕੇ ਖੜੋ। ਠੀਕ ਹੈ ਜੀ, ਜਿਸ ਤਰ੍ਹਾਂ ਕਿ ਵੀਰ ਜੀ ਹੁਣਾਂ ਨੇ ਕਿਹਾ ਹੀ ਆ, ਆਪਣੀ ਤਸੱਲੀ ਕਰਕੇ ਹੀ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।